ਦੇਖੋ ਬਠਿੰਡਾ ਪੁੱਛੋ ਖੁਰਦੇ ਗਰੀਬ ਲੋਕਾਂ ਨੇ ਕਿੱਦਾਂ ਬਿਆਨ ਕੀਤਾ ਆਪਣਾ ਦਰਦ, ਜਿਹਨਾਂ ਦੱਸਿਆ ਕਿ ਕਿੱਦਾਂ ਕੈਪਟਨ ਸਰਕਾਰ ਨੇ ਸਸਤੇ ਰਾਸ਼ਨ ਵਾਲੇ ਕਾਰਡ ਹੀ ਉਹਨਾਂ ਦੇ ਕੱਟ ਦਿੱਤੇ ਨੇ। ਸਾਨੂੰ ਪਿਛਲੇ ਦਿਨਾਂ ਤੋਂ ਪਿਛਲੇ ਸਾਲਾਂ ਤੋਂ ਕਈ ਸਾਲਾਂ ਤੋਂ ਅਸੀਂ ਗਰੀਬ ਜਾਤੀ ਦੇ ਹਾਂ ਅਤੇ ਸਾਨੂੰ ਕਣਕ ਮਿਲ ਰਹੀ ਹੈ ਜੀ। ਇਸ ਕਰਕੇ ਹੁਣ ਐਤਕੀ ਵਾਰ ਸਾਨੂੰ ਕਣਕ ਕਹਿੰਦੇ ਸਾਰਾ ਹੀ ਕਾਰਡ ਤੁਹਾਡਾ ਕੱਟਿਆ ਗਿਆ, ਡੀਪੂ 'ਚੋਂ ਪਤਾ ਕਰ ਲਿਆ ਗਿਆ। ਇਸ ਕਰਕੇ ਜੀ ਹੁਣ ਇੰਨੀ ਮਹਿੰਗੀ 2000 ਰੁਪਏ 2000 ਨੂੰ ਕੁਇੰਟਲ ਅਸੀਂ ਕਿੱਥੋਂ ਲੈ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰਪਿਆਰੇ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਕੈਪਟਨ ਸਰਕਾਰ ਜਦੋਂ ਸੱਤਾ 'ਤੇ ਕਾਬਜ਼ ਨਹੀਂ ਸੀ ਹੋਈ ਤਾਂ ਉਦੋਂ ਪੰਜਾਬ ਦੀ ਆਵਾਮ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ, ਬਹੁਤ ਸਾਰੇ ਦਾਅਵੇ ਕੀਤੇ ਗਏ ਸਨ, ਪਰ ਅੱਜ ਉਹਨਾਂ ਦਾਅਵਿਆਂ ਅਤੇ ਉਹਨਾਂ ਵਾਅਦਿਆਂ ਵਿੱਚੋਂ 3 ਸਾਲ ਬੀਤ ਜਾਣ ਦੇ ਬਾਅਦ ਵੀ ਕੋਈ ਪੂਰਾ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ। ਇੱਥੋਂ ਤੱਕ ਕਿ ਜੋ ਸਕੀਮਾਂ ਪਹਿਲਾਂ ਦੀਆਂ ਚੱਲ ਰਹੀਆਂ ਸਨ ਉਹਨਾਂ ਉੱਤੇ ਵੀ ਇਹ ਕਾਂਟਾ ਮਾਰਦੇ ਹੋਏ ਨਜ਼ਰ ਆ ਰਹੇ ਨੇ। ਅੱਜ ਬਠਿੰਡਾ ਪੁੱਛੋ ਖੁਰਦ ਦੇ ਗਰੀਬ ਪਰਿਵਾਰ ਕਿਸਾਨ ਯੂਨੀਅਨ ਦੀ ਹਿਮਾਇਤ ਨਾਲ ਇਕੱਠਾ ਹੋਏ ਅਤੇ ਉਹਨਾਂ ਨੇ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਨੇ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਹਨ ਅਤੇ ਅਸੀਂ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਹਾਂ, ਅਸੀਂ 2000 ਰੁਪਏ ਕੁਇੰਟਲ ਦੇ ਹਿਸਾਬ ਕਣਕ ਖਰੀਦ ਰੋਟੀ ਨਹੀਂ ਖਾ ਸਕਦੇ। ਅਤੇ ਉਹਨਾਂ ਨੇ ਕਿਹਾ ਕਿ ਅਸੀਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮਿਲਾਂਗੇ ਅਤੇ ਕੱਟੇ ਗਏ ਰਾਸ਼ਨ ਕਾਰਡ ਚਾਲੂ ਕਰਾ ਕੇ ਹੀ ਰਹਾਂਗੇ। ਇਸ ਮੌਕੇ ਇੱਕ ਗਰੀਬ ਔਰਤ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਾਨੂੰ ਬਹੁਤ ਸਾਲਾਂ ਤੋਂ ਸਸਤੇ ਰੇਟ 'ਤੇ ਕਣਕ ਦਾਲਾਂ ਆਦਿ ਮਿਲ ਰਹੀਆਂ ਸਨ ਅਤੇ ਜਦੋਂ ਕਾਂਗਰਸ ਸਰਕਾਰ ਪੰਜਾਬ ਵਿੱਚ ਆਈ ਹੈ ਤਾਂ ਸਾਡੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ ਅਤੇ ਅਸੀਂ ਗਰੀਬ ਦਿਹਾੜੀ ਕਰਨ ਵਾਲੇ ਲੋਕ ਦੱਸੋ ਕਿੱਥੋਂ 2000 ਰੁਪਏ ਕੁਇੰਟਲ ਕਣਕ ਖਰੀਦ ਕੇ ਆਪਣੇ ਬੱਚਿਆਂ ਦਾ ਪੇਟ ਭਰੀਏ, ਅਸੀਂ ਇਹ ਨਹੀਂ ਕਰ ਸਕਦੇ। ਸਾਨੂੰ ਪਿਛਲੇ ਦਿਨਾਂ ਤੋਂ ਪਿਛਲੇ ਸਾਲਾਂ ਤੋਂ ਕਈ ਸਾਲਾਂ ਤੋਂ ਅਸੀਂ ਗਰੀਬ ਜਾਤੀ ਦੇ ਹਾਂ ਅਤੇ ਸਾਨੂੰ ਕਣਕ ਮਿਲ ਰਹੀ ਹੈ ਜੀ। ਇਸ ਕਰਕੇ ਹੁਣ ਐਤਕੀ ਵਾਰ ਸਾਨੂੰ ਕਣਕ ਕਹਿੰਦੇ ਸਾਰਾ ਹੀ ਕਾਰਡ ਤੁਹਾਡਾ ਕੱਟਿਆ ਗਿਆ, ਡੀਪੂ 'ਚੋਂ ਪਤਾ ਕਰ ਲਿਆ ਗਿਆ। ਇਸ ਕਰਕੇ ਜੀ ਹੁਣ ਇੰਨੀ ਮਹਿੰਗੀ 2000 ਰੁਪਏ 2000 ਨੂੰ ਕੁਇੰਟਲ ਅਸੀਂ ਕਿੱਥੋਂ ਲੈ ਸਕਾਂਗੇ। ਸਾਨੂੰ ਆਪਦੀ ਜਿਹੜੀ ਕੱਟੀ ਹੋਈ ਕਣਕ ਹੈ ਸਾਨੂੰ ਵਾਪਸ ਸਾਡੇ ਕਾਰਡ ਚਾਲੂ ਕੀਤੇ ਜਾਣ ਅਤੇ ਸਾਨੂੰ ਕਣਕ ਮਿਲਣੀ ਜ਼ਰੂਰੀ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਇਹ ਗਰੀਬ ਲੋਕ ਹਨ ਅਤੇ ਕਈ ਸਾਲਾਂ ਤੋਂ ਬਾਦਲ ਸਰਕਾਰ ਨੇ ਇਹਨਾਂ ਦੇ ਸਸਤੇ ਰੇਟ 'ਤੇ ਕਣਕ ਅਤੇ ਦਾਲਾਂ ਖਰੀਦਣ ਦੇ ਲਈ ਕਾਰਡ ਬਣਾਏ ਸਨ। ਕੈਪਟਨ ਨੇ ਵਾਅਦੇ ਕੀਤੇ ਸਨ ਕਿ ਚਾਹ ਪੱਤੀ, ਘਿਓ ਅਤੇ ਖੰਡ ਵੀ ਦੇਵਾਂਗਾ। ਉਹਨਾਂ ਚਾਹ ਪੱਤੀ, ਖੰਡ, ਘਿਓ ਤਾਂ ਕੀ ਦੇਣੀ ਸੀ, ਉਸਨੇ ਤਾਂ ਕਣਕ ਵੀ ਬੰਦ ਕਰ ਦਿੱਤੀ ਹੈ ਗਰੀਬਾਂ ਦੀ। ਹੁਣ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਬੰਦ ਕੀਤੇ ਗਏ ਰਾਸ਼ਨ ਕਾਰਡ ਦੁਬਾਰਾ ਤੋਂ ਚਾਲੂ ਕਰਵਾਵਾਂਗੇ। ਅਗਰ ਇਹ ਨਹੀਂ ਚਾਲੂ ਕੀਤੇ ਗਏ ਤਾਂ ਸੰਘਰਸ਼ ਹੋਰ ਤੇਜ਼ ਵਿੱਟਿਆ ਜਾਵੇਗਾ। ਇਹ ਸਾਡੇ ਕਾਰਡ ਜਿਹੜੇ ਕੱਟੇ ਗਏ ਆ ਜੀ, ਕਾਰਡ ਬਹਾਲ ਹੋਣੇ ਚਾਹੀਦੇ ਆ। ਸਾਨੂੰ ਕਣਕ ਮਿਲਣੀ ਚਾਹੀਦੀ ਆ। ਕੈਪਟਨ ਸਰਕਾਰ ਦੇ ਰਾਜ ਵਿੱਚ ਸਾਨੂੰ ਸਿਰਫ 2 ਵਾਰੀ ਕਣਕ ਮਿਲੀ ਹੈ 3 ਸਾਲਾਂ ਵਿੱਚ ਦੀ। ਬਿਜਲੀ ਆਏ ਮਹੀਨੇ ਮਹਿੰਗੀ ਹੋ ਰਹੀ ਆ, ਚੀਜ਼ਾਂ ਦੇ ਭਾਅ ਚੱਕੇ ਜਾ ਰਹੇ ਆ। ਹਾਂਜੀ, ਮੈਂ ਅਮਰਜੀਤ ਹਣੀ, ਪਿੰਡ ਭੁੱਚੋ ਖੁਰਦ। ਅੱਜ ਅਸੀਂ ਕਿਰਤੀ ਕਿਸਾਨ ਯੂਨੀਅਨ ਕਨੂੰ ਉਹਨਾਂ ਪਰਿਵਾਰਾਂ ਦਾ ਇਕੱਠ ਕੀਤਾ ਕਿ ਜਿਹੜੇ ਲੋੜਵੰਦ ਪਰਿਵਾਰ ਸੀ ਉਹਨਾਂ ਦੇ ਕਾਰਡ ਕੱਟੇ ਗਏ। ਇਹ ਕਾਰਡ ਅਕਾਲੀ ਸਰਕਾਰ ਵੇਲੇ ਦੇ ਬਣੇ ਹੋਏ ਆ ਅਤੇ 3 ਸਾਲ ਹੋ ਗਏ ਕੈਪਟਨ ਸਰਕਾਰ ਨੂੰ ਕਿ ਉਦੋਂ ਚੋਣਾਂ ਤੋਂ ਪਹਿਲਾਂ ਕਹਿ ਕੇ ਖੰਡ ਦੇਵਾਂਗੇ, ਘਿਓ ਦੇਵਾਂਗੇ, ਪੱਤੀ ਦੇਵਾਂਗੇ। ਜਾਣੀ ਕਿ ਨਵਾਂ ਤਾਂ ਸਰਕਾਰ ਨੇ ਕੀ ਦੇਣਾ ਸੀ ਕਿ ਜਿਹੜੇ ਲੋੜਵੰਦ ਲੋਕਾਂ ਨੂੰ ਪਹਿਲਾਂ ਵਾਲੀ ਸਰਕਾਰ ਦਾ ਮਿਲਦਾ ਰਾਸ਼ਨ ਕਾਰਡ ਕੱਟੇ ਗਏ। ਪਿਛਲੇ ਸਾਲ ਵੀ ਅਸੀਂ ਸੰਘਰਸ਼ ਕਰਕੇ ਟੈਂਕੀ 'ਤੇ ਚੜ੍ਹ ਕੇ ਇਹ ਪਰਿਵਾਰਾਂ ਦੇ ਕਾਰਡ ਬਹਾਲ ਕੀਤੇ ਸੀ। ਹੁਣ ਇਹ ਉਹ ਪਰਿਵਾਰ ਆ ਕਿ ਜਿਹੜੇ ਜਮ੍ਹਾਂ ਯੋਗ ਆ, ਦਿਹਾੜੀ ਵਾਲੇ ਪਰਿਵਾਰ ਆ, ਜਾਂ ਕਿਤੇ ਨਾ ਕਿਤੇ ਆਪਦਾ ਕੰਮ ਕਰਕੇ ਧੰਦਾ ਕਰਕੇ ਟਾਈਮ ਪਾਸ ਕਰਦੇ ਆ। ਇੰਨੀ ਮਹਿੰਗੀ ਕਣਕ ਖਾਣੀ ਗਰੀਬ ਪਰਿਵਾਰ ਲਈ ਬਹੁਤ ਔਖੀ ਆ।
ਸੋ ਸਾਡੀ ਸਰਕਾਰ ਤੋਂ ਮੰਗ ਆ ਕਿ ਇਹਨਾਂ ਪਰਿਵਾਰਾਂ ਦੇ ਕਾਰਡ ਬਹਾਲ ਕੀਤੇ ਜਾਣ। ਜੇ ਸਰਕਾਰ ਸਾਡੀ ਗੱਲ ਵੱਲ ਨਹੀਂ ਧਿਆਨ ਦਿਊ, ਅਸੀਂ ਆਉਣ ਵਾਲੀ ਜਿਹੜੀ 27 ਤਰੀਕ ਆ ਉਸ ਦੇ ਵੱਡਾ ਇਕੱਠ ਕਰਕੇ DC ਦੇ ਜਾਵਾਂਗੇ, ਤਾਂ ਅਗਲਾ ਸੰਘਰਸ਼ ਆ ਜਿਹੜਾ ਉਹ ਸ਼ੁਰੂ ਕਰਾਂਗੇ। ਇਹਨਾਂ ਪਰਿਵਾਰਾਂ ਦੇ ਹੋਏ ਕੱਟੇ ਹੋਏ ਕਾਰਡ ਆ ਜਿਹੜੇ ਉਹ ਅਸੀਂ ਬਹਾਲ ਕਰਾਵਾਂਗੇ। ਗੁਰਬੀਰੋ, ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਭੁੱਲ ਗਈ ਹੋਵੇ। ਬੇਸ਼ੱਕ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਹੋਵੇ ਜਾਂ ਕਾਂਗਰਸ ਦੀ, ਇਹਨਾਂ ਰਵਾਇਤੀ ਪਾਰਟੀਆਂ ਨੇ ਸਾਲ ਦਰ ਸਾਲ ਦਹਾਕਿਆਂ ਦਹਾਕੇ ਪੰਜਾਬ ਦੀ ਸੱਤਾ ਦਾ ਸੁੱਖ ਭੋਗਿਆ ਹੈ, ਪਰ ਪੰਜਾਬ ਦੀ ਆਵਾਮ ਨੂੰ ਹਮੇਸ਼ਾ ਦੁੱਖ ਹੀ ਦਿੱਤਾ ਹੈ। ਪੰਜਾਬ ਦਾ ਚੱਪਾ ਚੱਪਾ ਵੇਚਣ ਦੀ ਕੋਸ਼ਿਸ਼ ਹੀ ਕੀਤੀ ਹੈ। ਹੁਣ ਇਹ ਪੰਜਾਬ ਦੀ ਆਵਾਮ ਨੇ ਤੈਅ ਕਰਨਾ ਹੈ ਕਿ ਆਗਾਮੀ 2022 ਦੀਆਂ ਚੋਣਾਂ ਵਿੱਚ ਕੀ ਤੁਸੀਂ ਮੁੜ ਇਹਨਾਂ ਰਵਾਇਤੀ ਪਾਰਟੀਆਂ ਅਕਾਲੀ ਭਾਜਪਾ ਜਾਂ ਕਾਂਗਰਸ 'ਤੇ ਭਰੋਸਾ ਕਰਨਾ ਜਾਂ ਕਿਸੇ ਤੀਸਰੀ ਸਾਫ਼ ਸੁਥਰੀ ਚੰਗੀ ਧਿਰ ਨੂੰ ਬਹੁਮਤ ਦੇ ਨਾਲ ਜਿਤਾ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਕਰਵਾਉਣਾ ਹੈ, ਤਾਂ ਜੋ ਪੰਜਾਬ ਦੀ ਜਵਾਨੀ ਬਚਾਈ ਜਾ ਸਕੇ, ਪੰਜਾਬ ਦੀ ਕਿਸਾਨੀ ਬਚਾਈ ਜਾ ਸਕੇ, ਪੰਜਾਬ ਦੇ ਪਾਣੀਆਂ ਦਾ ਹੱਕ ਲਿੱਤਾ ਜਾ ਸਕੇ, ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਸਕਣ, ਨਸ਼ੇ ਦੇ ਵੱਡੇ ਮਗਰਮੱਛਾਂ ਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾ ਸਕੇ। ਜੇਕਰ ਤੁਸੀਂ ਅਜਿਹਾ ਚਾਹੁੰਦੇ ਹੋ ਦਿਲੋਂ, ਤਾਂ ਆਪਣੀ ਵੋਟ ਭੁਗਤਾਉਣ ਤੋਂ ਪਹਿਲਾਂ ਇੱਕ ਵਾਰ ਨਜ਼ਰ ਜ਼ਰੂਰ ਮਾਰ ਲੈਣਾ ਕਿ ਜਿਸ ਨੁਮਾਇੰਦੇ ਦੇ ਹੱਕ ਵਿੱਚ ਤੁਸੀਂ ਵੋਟ ਭੁਗਤਾ ਰਹੇ ਹੋ, ਕਿਤੇ ਉਹ ਨੁਮਾਇੰਦਾ ਦੂਰ ਦੂਰ ਤੱਕ ਇਹਨਾਂ ਰਵਾਇਤੀ ਪਾਰਟੀਆਂ ਦੇ ਨਾਲ ਕੋਈ ਤਾਲੁਕ ਤਾਂ ਨਹੀਂ ਰੱਖਦਾ। ਜੇਕਰ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਆਪਣੀ ਵੋਟ ਭੁਗਤਾਨੇ ਹੋ, ਤਾਂ ਹੋ ਸਕਦਾ ਕਿ 2022 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੀ ਨੁਹਾਰ ਬਦਲਣ ਦੇ ਵਿੱਚ ਤੁਸੀਂ ਇੱਕ ਵੱਡਾ ਯੋਗਦਾਨ ਪਾਉਂਦੇ ਹੋ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਗੁਰਬਾਣੀ ਅਖੰਡ ਬਾਣੀ ਵਾਸਤੇ ਬਠਿੰਡਾ ਤੋਂ AS ਕੈਥ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।